ਇਹ ਅਧਿਆਤਮਕ ਸੈਗਮੈਂਟ AMC ਇੰਸ਼ੋਰੈਂਸ ਵੱਲੋਂ ਸਪਾਂਸਰ ਕੀਤਾ ਗਿਆ ਹੈ। 604-507-6666। ਦਾ ਹਰਪ੍ਰੀਤ ਸਿੰਘ ਸ਼ੋਅ ਦਾ ਅੱਜ ਦੇ ਧਾਰਮਿਕ ਸੈਗਮੈਂਟ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ। ਗੁਰਗਿਆਨ ਸਮੁੰਦਰ ਸੀਰੀਜ਼ ਵਿੱਚ ਤੁਸੀਂ ਤਕਰੀਬਨ ਪਿਛਲੇ 1 ਸਾਲ ਤੋਂ ਸ਼ਾਮਲ ਹੋ ਰਹੇ ਹੋ ਅਤੇ ਇਸ ਸਾਲ ਦਾ ਇਹ ਅਖੀਰਲਾ ਐਪੀਸੋਡ ਜਿਸ ਦੇ ਵਿੱਚ ਕਿ ਪੂਰਾ ਸਾਲ ਮੁਕੰਮਲ ਹੋ ਗਿਆ, ਜਿਸ ਵਿੱਚ ਭਾਈ ਰਾਮ ਸਿੰਘ ਜੀ ਰਜਾਇਨਾ ਤੋਂ ਆ ਕੇ ਸਾਡੇ ਕੋਲ ਇੱਥੇ ਸਾਨੂੰ ਦੱਸਦੇ ਰਹੇ ਕਿ ਗੁਰੂ ਦਾ ਕੀ ਸੰਦੇਸ਼ ਹੈ। ਦੇਖਿਆ ਹੋਏਗਾ ਤੁਸੀਂ ਪਿਛਲੇ ਸਮੇਂ ਦੇ ਦੌਰਾਨ ਜਿੰਨੇ ਵੀ ਐਪੀਸੋਡਸ ਅਸੀਂ ਕੀਤੇ, ਉਸ ਵਿੱਚ ਫੋਕਸ ਸਾਡਾ ਰਿਹਾ ਸਾਡਾ ਯੂਥ, ਸਾਡੇ ਆਸ ਪਾਸ ਦੇ ਚੈਲੇਂਜਸ, ਅਸੀਂ ਕੀ ਸਲਿਊਸ਼ਨਸ ਹਨ ਉਹਨਾਂ ਦੇ। ਅਤੇ ਇੱਕੋ ਹੀ ਗੱਲ ਸਾਹਮਣੇ ਆਈ ਕਿ ਸਲਿਊਸ਼ਨ ਜੇਕਰ ਲੱਭਣਾ ਤਾਂ ਪਹਿਲਾਂ ਆਪਣੇ ਵਿੱਚੋਂ ਪਰਿਵਰਤਨ ਲੈ ਆਈਏ, ਆਪਣੇ ਪਰਸਪੈਕਟਿਵ ਨੂੰ, ਆਪਣੀ ਸੋਚ ਨੂੰ ਉੱਚਾ ਚੁੱਕ ਲਈਏ ਤਾਂ ਡੈਫੀਨੇਟਲੀ ਸਾਨੂੰ ਸਲਿਊਸ਼ਨ ਵੀ ਮਿਲ ਜਾਣਗੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਸਾਡੇ ਮਾਰਗ ਦਰਸ਼ਕ ਨੇ ਅਤੇ ਇੱਥੋਂ ਹੀ ਅਸੀਂ ਸੇਧ ਲੈ ਕੇ ਅੱਗੇ ਜੋ ਕੁਝ ਕਰਨਾ ਹੈ ਉਹ ਕਰਾਂਗੇ ਅਤੇ ਸਾਨੂੰ ਡੈਫੀਨੇਟਲੀ ਸਕਸੈਸ ਮਿਲੇਗਾ। ਇਸ ਸਫ਼ਰ ਵਿੱਚ ਜਿਹੜਾ ਇਹ ਸਾਲ ਹੋਇਆ, ਸਮੇਂ ਦਾ ਪਤਾ ਹੀ ਨਹੀਂ ਲੱਗਦਾ, ਅਤੇ ਹਰ ਸੈਟਰਡੇ ਦੀ ਸ਼ਾਮ ਨੂੰ 8 ਤੋਂ ਲੈ ਕੇ 9 ਵਜੇ ਦੇ ਪ੍ਰੋਗਰਾਮ ਵਿੱਚ ਜਿੱਥੇ ਤੁਸੀਂ ਸ਼ਾਮਿਲ ਹੁੰਦੇ ਰਹੋ, ਇੱਕ ਵਾਰ ਫਿਰ ਸਮੂਹ ਟੀਮ ਵੱਲੋਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਅਤੇ ਖਾਸ ਤੌਰ 'ਤੇ ਭਾਈ ਰਾਮ ਸਿੰਘ ਜੀ ਦਾ, ਜਿਨ੍ਹਾਂ ਨੇ ਕਿ ਬਹੁਤ ਮਿਹਨਤ ਕਰਕੇ ਬੇਸਿਕ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਰੋਜ਼ਮਰਾ ਜ਼ਿੰਦਗੀ ਨਾਲ ਰਿਲੇਟ ਕਰਕੇ, ਤਾਂ ਕਿ ਅਸੀਂ ਕੁਝ ਸਿੱਖ ਸਕੀਏ। ਇਸ ਸਫ਼ਰ ਵਿੱਚ ਆਓ ਮੁੜ ਤੋਂ ਜੁੜਦੇ ਹਾਂ ਅਤੇ ਭਾਈ ਸਾਹਿਬ ਦੇ ਨਾਲ ਸਾਂਝ ਪਾਉਂਦੇ ਹਾਂ। ਭਾਈ ਸਾਹਿਬ ਜੈਨ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਭਾਈ ਸਾਹਿਬ ਬਹੁਤ ਬਹੁਤ ਮੁਬਾਰਕਬਾਦ ਦੀ, 1 ਸਾਲ ਦਾ ਸਫ਼ਰ ਅੱਜ ਅਸੀਂ ਇਸ ਐਪੀਸੋਡ ਵਿੱਚ ਕੰਪਲੀਟ ਕਰ ਰਹੇ ਹੈਗੇ ਹਾਂ। ਤੁਹਾਨੂੰ ਵੀ ਮੁਬਾਰਕਾਂ ਵੀ ਜੀ। ਥੈਂਕ ਯੂ। ਵਿਸ਼ੇਸ਼ ਮੁਬਾਰਕਾਂ ਸਾਡੇ ਦਰਸ਼ਕਾਂ ਨੂੰ। ਬਿਲਕੁਲ ਜੀ, ਅਤੇ ਵਾਹਿਗੁਰੂ ਦੀ ਬਖਸ਼ਿਸ਼ ਹੋ ਰਹੀ ਹੈ ਕਿ ਅਸੀਂ ਇਸ ਨੂੰ ਕੰਟੀਨਿਊ ਰੱਖ ਸਕ ਰਹੇ ਹਾਂ। ਟਾਈਮ ਬੜੀ ਛੇਤੀ ਬੀਤਦਾ ਹੈਗਾ, ਚੰਗਾ ਸਮੇਂ ਦਾ ਤਾਂ ਪਤਾ ਹੀ ਨਹੀਂ ਲੱਗਦਾ, ਪਰ ਇਸ ਵਿੱਚ ਸਾਰੇ ਸਾਲ ਦੇ ਦੌਰਾਨ ਜਿਹੜੇ ਤੁਹਾਡੇ ਐਕਸਪੀਰੀਅੰਸਿਸ ਹੋਏ ਨੇ, ਕਿਉਂਕਿ ਸਾਨੂੰ ਤਾਂ ਈਮੇਲ ਅਤੇ ਫੋਨਾਂ ਰਾਹੀਂ, ਪਰ ਤੁਹਾਡੇ ਨਾਲ ਤਾਂ ਡਾਇਰੈਕਟਲੀ ਲੋਕਾਂ ਨੇ ਸੰਪਰਕ ਕੀਤਾ ਵੀ ਹੈਗਾ, ਅਤੇ ਸਿੱਖ ਕਮਿਊਨਿਟੀ .net 'ਤੇ ਜਿਹੜੇ ਤੁਸੀਂ ਇਹ ਐਪੀਸੋਡਸ ਪਾਉਂਦੇ ਹੋ, ਉਹ ਵੀ ਅੱਗੇ ਲੋਕਾਂ ਨੇ ਸ਼ੇਅਰ ਕੀਤੇ, ਅਤੇ ਇਸ ਦੇ ਵਿੱਚ ਮੁੱਖ ਤੌਰ ਦੇ ਉੱਤੇ ਜੇ ਸਿਰਫ ਮੈਂ ਥੋੜ੍ਹਾ ਜਿਹਾ ਸਮਾਂ ਲਾਵਾਂਗਾ ਇਹਦੇ 'ਤੇ ਕਿ ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ, ਕਿਉਂਕਿ ਤੁਹਾਡੇ ਵਾਸਤੇ ਵੀ ਇਹ ਆਫਕੋਰਸ TV ਦੇ ਉੱਤੇ ਪਹਿਲੀ ਵਾਰ ਤੁਸੀਂ ਇਸ ਤਰੀਕੇ ਦੀ ਵਿਆਖਿਆ ਕਰ ਰਹੇ ਹੋ, ਪਹਿਲਾਂ ਬਹੁਤ ਸਾਰੀਆਂ ਵਿਆਖਿਆਵਾਂ ਤੁਸੀਂ ਕੀਤੀਆਂ ਨੇ, ਕੈਂਪਸ ਲਾਉਂਦੇ ਹੋ, ਪਰ ਇਹ ਸਫ਼ਰ ਦਾ ਤੁਹਾਡਾ ਕੀ ਐਕਸਪੀਰੀਅੰਸ ਹੈਗਾ? ਵਿਦਿਆ, ਜਦੋਂ ਇਹਦੇ 'ਚ ਬਹੁਤ ਹੀ ਵਧੀਆ ਐਕਸਪੀਰੀਅੰਸ ਆਇਆ, ਨੰਬਰ 1 ਤਾਂ ਜਦੋਂ ਆਮ ਵਿਆਖਿਆਵਾਂ, ਚਾਹੇ ਉਹ ਕਾਫੀ ਵਧੀਆ ਵਿਦਵਾਨਾਂ ਦੀਆਂ, ਵੱਡੇ ਤੋਂ ਵੱਡੇ ਵਿਦਵਾਨਾਂ ਦੀਆਂ ਜਿੰਨੀਆਂ ਕੁ ਵੀ ਰਿਲੇ ਹੋਈਆਂ, ਉਹਦੇ 'ਚ ਤਕਰੀਬਨ ਉਹੀ ਸੁਣਦੇ ਸਨ ਜਿਹੜੇ ਵਿਸ਼ੇਸ਼ ਤੌਰ 'ਤੇ ਉਸ ਤਰ੍ਹਾਂ ਦੇ ਧਾਰਮਿਕ ਖਿਆਲਾਂ ਦੇ ਵਿਅਕਤੀ ਸਨ, ਜ਼ਿਆਦਾ ਓਲਡ ਏਜ ਹੀ ਸੁਣਦੇ ਸਨ। ਰਾਈਟ। ਇੱਕ ਤਾਂ ਇਹ ਜੋ ਤੁਸੀਂ ਸ਼ੁਰੂ ਕੀਤਾ, ਡਿਸਕਸ਼ਨ ਦੇ ਰੂਪ 'ਚ ਸ਼ੁਰੂ ਕੀਤਾ, ਇਹਦੀ ਆਪਣੇ ਸਭ ਤੋਂ ਵੱਡੀ ਪ੍ਰਾਪਤੀ ਇਹ ਹੋਈ ਕਿ ਇਹਦਾ ਜਿਹੜਾ ਦਰਸ਼ਕ ਸੀਗਾ ਉਹ ਯੂਥ ਇਸ ਨਾਲ ਜੁੜਿਆ। ਜਦੋਂ ਇਸ ਨੂੰ ਆਪਾਂ ਵਟਸਐਪ ਦੇ ਉੱਪਰ, ਫੇਸਬੁੱਕ ਦੇ ਉੱਪਰ ਭੇਜਦੇ ਸੀ ਜੀ, ਤਾਂ ਉਹ ਤਕਰੀਬਨ ਬਹੁਤ ਸਾਰੇ ਜਿਹੜੇ ਗਰੁੱਪ ਨੇ ਵਟਸਐਪ ਦੇ ਉੱਪਰ ਬਣੇ ਹੋਏ, ਉਹਨਾਂ ਨੇ ਆਪਣੇ ਆਪਣੇ ਗਰੁੱਪ 'ਚ ਕੰਟੀਨਿਊ ਪਾਉਣਾ ਸ਼ੁਰੂ ਕੀਤਾ। ਠੀਕ। ਤੀਸਰੀ ਪ੍ਰਾਪਤੀ ਇਹ ਹੋਈ ਕਿ ਇਹ ਵਿਚਾਰਾਂ ਸੁਣ ਕੇ ਮੇਰਾ ਜਿਹੜਾ ਡੋਰ ਟੂ ਡੋਰ ਪਹੁੰਚਣ ਦਾ ਸੀ, ਜਾਂ ਪਬਲਿਕ ਦੇ ਨਾਲ ਇੱਕ ਨੇੜੇ ਬੈਠ ਕੇ ਪਰਿਵਾਰ ਦੇ ਵਿੱਚ ਇੱਕ ਪਰਿਵਾਰਕ ਮੈਂਬਰ ਬਣ ਕੇ ਉਹਨਾਂ ਨਾਲ ਗੱਲਾਂ ਕਰਨੀਆਂ, ਉਹ ਮੌਕੇ ਬਹੁਤ ਮਿਲੇ। ਰਾਈਟ। ਕਿਉਂਕਿ ਹਰ ਕੋਈ ਚਾਹੁੰਦਾ ਸੀ ਕਿ ਭਾਈ ਸਾਹਿਬ ਦੇ ਨਾਲ ਬੈਠ ਕੇ ਆਪਾਂ ਬੱਚਿਆਂ ਦੀ ਗੱਲਬਾਤ ਕਰਵਾਈਏ। ਜਦੋਂ ਆਪਾਂ ਇੱਥੇ ਕੋਸ਼ਿਸ਼ ਕਰਦੇ ਸੀ ਕਿ ਗੁਰੂ ਕੀ ਵਿਚਾਰਧਾਰਾ ਨੂੰ ਇੱਕ ਫੈਮਿਲੀ ਸਟਰਕਚਰ ਵਿੱਚ ਕਿਵੇਂ ਅਸੀਂ ਅਪਲਾਈ ਕਰੀਏ, ਸਾਡੇ ਬੱਚਿਆਂ ਨੂੰ ਅਸੀਂ ਕਿਸ ਤਰੀਕੇ ਨਾਲ ਸਹੀ ਦਿਸ਼ਾ ਵਿੱਚ ਲਿਜਾਈਏ, ਘੱਟੋ ਘੱਟ ਉਹ ਬੁਰੀ ਦਿਸ਼ਾ ਤੋਂ ਬਚ ਸਕਣ। ਰਾਈਟ। ਤਾਂ ਉਹਦਾ ਇੱਕ ਬੜਾ ਸੋਹਣਾ ਇਫੈਕਟ ਆਇਆ ਕਿ ਲੋਕਾਂ ਨੇ ਇਹ ਸੋਚਣਾ ਸ਼ੁਰੂ ਕਰ ਦਿੱਤਾ ਕਿ ਵਾਕਿਆ ਹੀ ਬੱਚਿਆਂ ਲਈ ਕੁਛ ਕਰਨ ਦੀ ਲੋੜ ਹੈ। ਰਾਈਟ। ਇਸ ਤੋਂ ਬਾਅਦ ਇੱਕ ਹੋਰ ਪੋਜ਼ਿਟਿਵ ਜਿਹੜੀ ਫੀਡਬੈਕ ਆਈ, ਉਹ ਆਈ ਕਿ ਅੱਜ ਖਾਸ ਤੌਰ 'ਤੇ ਜਿਹੜਾ ਯੂਥ ਹੈ ਜੀ, ਉਹਦੇ 'ਚੋਂ ਬਹੁਤ ਸਾਰੇ ਪਰਿਵਾਰਾਂ ਨੇ ਖੁਦ ਪ੍ਰਬੰਧਕਾਂ ਨੂੰ ਕਹਿਣਾ ਸ਼ੁਰੂ ਕੀਤਾ ਵੀ ਤੁਸੀਂ ਕਿਉਂ ਨਹੀਂ ਬੱਚਿਆਂ ਲਈ ਉਪਰਾਲੇ ਕਰਦੇ। ਰਾਈਟ। ਜਾਂ ਜੋ ਬੱਚਿਆਂ ਲਈ ਉਪਰਾਲੇ ਕਰ ਰਹੇ ਹੋ, ਇਕੱਲੇ ਟ੍ਰੈਡੀਸ਼ਨਲ ਤੋਂ ਉੱਪਰ ਉੱਠ ਕੇ ਕੁਛ ਐਸਾ ਕਰੋ ਜੋ ਬੱਚਿਆਂ ਦੇ ਵਿੱਚ ਬਦਲਾਵ ਦਿਸੇ ਜੀ। ਅਤੇ ਇਹ 1 ਸਾਲ ਦਾ ਐਕਸਪੀਰੀਅੰਸ, ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਸ਼ੁਕਰ ਵਾਹਿਗੁਰੂ ਜੀ ਦਾ, ਅਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਐਬਸੋਲੂਟਲੀ ਜੀ। ਅਤੇ ਮੈਂ ਵਿਸ਼ੇਸ਼ ਧੰਨਵਾਦ ਕਰਾਂਗਾ ਸਾਡੇ ਯੂਥ ਦਾ ਜੀ, ਜਿਨ੍ਹਾਂ ਨੇ ਸਾਨੂੰ ਇਹ ਹੌਸਲਾ ਦਿੱਤਾ। ਐਬਸੋਲੂਟਲੀ। ਇਹ ਸਫ਼ਰ ਆਪਣਾ ਚੱਲਦਾ ਰਹੇਗਾ ਜੀ। ਪਿਛਲੇ ਐਪੀਸੋਡ ਵਿੱਚ ਆਪਾਂ ਇੱਕ ਵਿਚਾਰ ਰਹੇ ਸੀ ਕਿ ਅਸੀਂ ਆਪਣੇ ਇੰਟਰਨਲ ਲੈਵਲ ਦੇ ਉੱਪਰ, ਚਾਹੇ ਫੀਲਿੰਗ ਦਾ ਲੈਵਲ ਹੈ, ਚਾਹੇ ਰਿਲਾਈਜੇਸ਼ਨ ਦਾ ਲੈਵਲ ਹੈ, ਚਾਹੇ ਸਾਡੀ ਥੋਟਸ ਹੈ, ਚਾਹੇ ਸਾਡੇ ਸੁਭਾਅ ਦੀ ਗੱਲ ਹੈ, ਉਸ ਵਿੱਚ ਵੀ ਸਟੈਪ ਬਾਈ ਸਟੈਪ ਇੰਪਰੂਵਮੈਂਟ ਚਾਹੀਦੀ ਹੈ ਜੀ, ਤਾਂ ਕਿ ਉਹ ਬਿਊਟੀਫਾਈ ਹੁੰਦਾ ਰਹੇ। ਰਾਈਟ। ਸਾਡੇ ਪਰਿਵਾਰਕ ਸਟਰਕਚਰ ਵਿੱਚ ਵੀ ਸਟੈਪ ਬਾਈ ਸਟੈਪ ਸੁਧਾਰ ਆਉਣੇ ਚਾਹੀਦੇ ਨੇ ਜੀ। ਫਿਰ ਅਸੀਂ ਜੋ ਸੋਸ਼ਲ ਕਰਨਾ ਹੈ,
ਅਤੇ ਮੈਂ ਇਹ ਵੀ ਇੱਕ ਨਾਲ ਦਰਸ਼ਕਾਂ ਤੱਕ ਪਹੁੰਚਾ ਦੇਵਾਂ ਕਿ ਜਦੋਂ ਮੈਂ ਸ਼ੁਰੂਆਤ ਵਿੱਚ ਕਹਿੰਦਾ ਹੁੰਦਾ ਸੀ ਕਿ ਆਪਾਂ ਸੁਸਾਇਟੀ ਲਈ ਕੁਛ ਕਰਨਾ, ਬੱਚਿਆਂ ਲਈ ਕੁਛ ਕਰਨਾ, ਮੈਂ ਤੁਹਾਡਾ ਵਿਸ਼ੇਸ਼ ਥੈਂਕ ਯੂ ਕਰਾਂਗਾ, ਟੀ ਵੀ ਚੈਨਲ ਦਾ ਥੈਂਕ ਯੂ ਕਰਾਂਗਾ। ਇਹ ਵਿਚਾਰਾਂ ਸੁਣ ਸੁਣ ਕੇ ਮੈਨੂੰ ਵਲੰਟੀਅਰ ਬਹੁਤ ਮਿਲੇ। ਵੰਡਰਫੁਲ। ਅੰਦਰੋਂ ਚਾਹੋ ਜਾ ਕੇ ਆ ਕੁਛ ਕਰੀਏ। ਰਾਈਟ। ਉਹ ਯੂਥ ਜਿਹੜਾ ਕੁਛ ਕਰਨ ਆ ਰਿਹਾ, ਈਵਨ ਦੋ ਕਿ ਟੀਨਏਜਰਸ, ਮੇਰੇ ਕੋਲ ਟੀਨਏਜਰਸ ਦੀ ਇੱਕ ਤਿਆਰ ਟੀਮ ਤਿਆਰ ਹੋ ਗਈ ਜੀ, ਅਤੇ ਉਹ ਜਦੋਂ ਸਮਾਜ ਲਈ ਵੀ ਕੁਛ ਕਰਨਾ ਤਾਂ ਅਸੀਂ ਅੱਗੇ ਵੀ ਵਧਣਾ ਜੀ, ਰੁਕਾਵਟਾਂ ਚੈਲੰਜ ਵੀ ਆਉਣੇ ਨੇ, ਉਹਦੇ ਵਿੱਚ ਕਿਤੇ ਮਨ ਨਿਰਾਸ਼ ਨਾ ਹੋਵੇ, ਕਿਤੇ ਰੁਕ ਨਾ ਜਾਵੇ। ਇਹ ਕੰਸੈਪਟ ਇਸ ਵਿੱਚ ਚੱਲ ਰਿਹਾ। ਠੀਕ। ਕਿ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਹੱਥ ਵਿੱਚ ਸਭ ਕੁਛ ਹੈ, ਜੋਰ ਨਾ ਜੁਗਤੀ ਛੁੱਟਿਆ ਸੰਸਾਰ। ਇੱਕ ਵਲੰਟੀਅਰ ਆਉਂਦਾ ਹੈ ਕੁਛ ਕਰਨ ਵਾਸਤੇ ਆਉਂਦਾ ਹੈ, ਥੋੜ੍ਹੇ ਚਿਰ ਬਾਅਦ ਉਹ ਆਪਣੇ ਕੰਮਾਂ ਕਾਰਾਂ ਵਿੱਚ ਉਲਝ ਜਾਂਦਾ, ਉਲਝ ਕੇ ਉਹ ਵਲੰਟੀਅਰ ਕਰਨਾ ਛੱਡ ਦਿੰਦਾ। ਮੈਂ ਉਹਨਾਂ ਨੂੰ ਜਦੋਂ ਇਹਨਾਂ ਪੰਕਤੀਆਂ ਰਾਹੀਂ ਉਹਨਾਂ ਨੂੰ ਇਹ ਗੱਲ ਸਮਝਾਉਣ ਦਾ ਯਤਨ ਕੀਤਾ ਜਾਂਦਾ, ਠੀਕ ਹੈ ਕਾਰੋਬਾਰ ਇਸ ਤਰ੍ਹਾਂ ਦੇ ਆ ਗਏ ਨੇ, ਕੁਛ ਚਿਰ ਲਈ ਆਪਾਂ ਉੱਧਰ ਹੋ ਗਏ ਹਾਂ, ਪਰ ਮਨ ਵਿੱਚ ਜ਼ਰੂਰ ਰੱਖੋ ਕਿ ਅਸੀਂ ਫਿਰ ਵੇਲ ਕੱਢ ਕੇ ਇਸ ਪਾਸੇ ਤੁਰਨਾ ਹੈ, ਜ਼ਰੂਰ ਤੁਰਨਾ ਹੈ। ਰਾਈਟ। ਫਿਰ ਕੀ ਹੁੰਦਾ ਕਿ ਇਹ ਉੱਧਰੋਂ ਮਨ ਉਪਰਾਮ ਹੋ ਕੇ ਜਾਂ ਇਹ ਮਨ ਇੱਧਰਲੇ ਪਾਸੇ ਜੁੜੇ, ਇਹ ਸਾਡੇ ਹੱਥ ਵੱਸ ਵਿੱਚ ਨਹੀਂ ਹੈ। ਵਾਹਿਗੁਰੂ ਨੂੰ ਸਰੈਂਡਰ ਹੋਈਏ, ਉਹਨਾਂ ਸਾਡੇ ਲਈ ਮਾਹੌਲ ਬਣਾਉਣਾ। ਰਾਈਟ। ਜਦੋਂ ਤੁਸੀਂ ਆਮ ਲੋਕਾਂ ਵਿੱਚ ਬੈਠੋਗੇ ਤਾਂ ਉਹਨਾਂ ਦੀਆਂ ਇੱਧਰ ਉੱਧਰ ਦੀਆਂ ਘੱਸੀਆਂ ਪਿੱਟੀਆਂ ਜਿਹੀਆਂ ਗੱਲਾਂ ਸੁਣ ਕੇ ਤੁਹਾਡਾ ਮਨ ਜਿਹੜਾ ਹੈ ਉਹ ਇੱਧਰਲੇ ਪਾਸਿਓਂ ਇਸ ਆਨੰਦ ਤੋਂ, ਇਸ ਰਸ ਤੋਂ ਟੁੱਟਦਾ ਜੀ, ਇਸ ਮਾਰਗ ਤੋਂ ਉਸ ਤਰ੍ਹਾਂ ਦੇ ਵਿਚਾਰ ਹਟ ਜਾਂਦੇ, ਉਹਨਾਂ ਵਿਚਾਰਾਂ 'ਚ ਉਲਝ ਜਾਂਦਾ। ਚਾਹੀਦਾ ਹੈ ਕਿ ਉਹਨਾਂ ਵਿਚਾਰਾਂ ਤੋਂ ਉੱਠ ਕੇ ਇੱਧਰਲੇ ਪਾਸੇ ਜੁੜੇ, ਜਿਹਨੂੰ ਕਿਹਾ ਜੁਗਤੀ ਛੁੱਟਿਆ ਸੰਸਾਰ ਜੀ। ਸੰਸਾਰ ਸਾਡੇ ਵਿਚਾਰਾਂ 'ਚ ਆ ਜਾਂਦਾ, ਠੀਕ, ਬੇਕਾਰ ਆ ਜਾਂਦੇ ਨੇ, ਦੁਨੀਆਂ ਦੇ ਝੰਝਟ ਸਾਨੂੰ ਘੇਰ ਲੈਂਦੇ ਨੇ। ਇਹ ਉੱਧਰੋਂ ਮਨ ਹਟ ਕੇ ਇਹ ਗੁਰੂ ਕੀਆਂ ਵਿਚਾਰਾਂ ਵਾਲੇ ਪਾਸੇ ਆਵੇ, ਯਤਨ ਵੀ ਕਰਨੇ ਨੇ ਨਾਲ ਸਰੈਂਡਰ ਵੀ ਹੋਣਾ। ਇਹ ਹੈ ਵਾਹਿਗੁਰੂ ਦੇ ਹੱਥ ਵਿੱਚ, ਠੀਕ, ਇਕੱਲੇ ਸਾਡੇ ਯਤਨਾਂ ਨਾਲ ਕੁਛ ਨਹੀਂ ਹੋਣਾ। ਅਤੇ ਜੇ ਬਖਸ਼ਿਸ਼ ਹੀ ਉਡੀਕੀ ਜਾਈਏ, ਕੁਛ ਕਹਿੰਦੇ ਨੇ ਜੇ ਵਾਹਿਗੁਰੂ ਨੇ, ਵਾਹਿਗੁਰੂ ਦੀ ਬਖਸ਼ਿਸ਼ ਨਾ ਹੋਣਾ ਸਾਨੂੰ ਕਰਨ ਦੀ ਕੀ ਲੋੜ ਹੈ, ਪਰ ਖਿਮਾ ਕਰਨੀ। ਇਹ ਕੇਵਲ ਧਰਮ ਦੀ ਦੁਨੀਆ 'ਚ ਹੀ ਫਾਰਮੂਲਾ ਅਪਣਾ ਲੈਂਦੇ ਨੇ, ਕਦੀ ਐਂ ਕਿਸੇ ਨੇ ਸੋਚਿਆ ਕਿ ਮੈਂ ਨਹੀਂ ਬੱਚਾ ਸਕੂਲ ਭੇਜਣਾ, ਵਾਹਿਗੁਰੂ ਆਪੇ ਕਰਨਗੇ, ਮੈਂ ਨਹੀਂ ਕੋਈ ਜੋਬ ਲੱਭਣੀ, ਵਾਹਿਗੁਰੂ ਆਪੇ ਕਰਨਗੇ। ਇਹ ਗੱਲ ਵੱਖਰੀ ਹੈ, ਉਹ ਲੱਭ ਲਿਆ ਹੋਵੇ, ਕਾਫੀ ਪਾਸੇ ਲੱਭ ਰਿਹਾ ਹੋਵੇ, ਨਾ ਜੋਬ ਮਿਲੇ ਅਤੇ ਖੀਰ ਕਵੇ ਮੈਂ ਤਾਂ ਵਾਹਿਗੁਰੂ 'ਤੇ ਛੱਡਤੀ, ਉਹ ਤਾਂ ਇੱਕ ਵੱਖਰੀ ਜਿਹੀ ਗੱਲ ਹੈ, ਇੱਕ ਮਜਬੂਰੀ 'ਚ ਛੱਡਤੀ। ਪਰ ਦੋਨੋਂ ਕੰਮ ਕਰਨੇ ਪੈਣਗੇ ਜੀ, ਯਤਨ ਕਰਨੇ ਨੇ, ਐਫਰਟਸ ਕਰਨੇ ਨੇ, ਸ਼ੁੱਧ ਨੀਤ ਨਾਲ ਐਫਰਟਸ ਕਰਨੇ ਨੇ, ਅਤੇ ਅੰਦਰੋਂ ਸਮਰਪਿਤ ਹੋਣਾ ਹੈ ਕਿ ਇਹ ਸਭ ਕੁਛ ਵਾਹਿਗੁਰੂ ਦੇ ਹੱਥ ਵਸ ਹੈ। ਇੱਕ ਤਰ੍ਹਾਂ ਨਾ ਬੈਲੈਂਸ ਕ੍ਰੀਏਟ ਕਰਨਾ ਪਏ, ਬਿਲਕੁਲ, ਕਿਉਂਕਿ ਅਸੀਂ ਸੰਸਾਰੀ ਜੀਵਨ ਵੀ ਜਿਉਣਾ ਅਤੇ ਅਸੀਂ ਗੁਰਮੁਖ ਸੁਭਾਅ ਲੈ ਕੇ ਉਸ ਜੀਵਨ ਵਿੱਚ ਦੁਨਿਆਵੀ ਤਰੱਕੀਆਂ ਵੀ ਕਰਨੀਆਂ ਜੀ, ਅਤੇ ਅਸੀਂ ਪੰਥਕ ਤੌਰ 'ਤੇ ਵੀ ਕੁਛ ਅਚੀਵਮੈਂਟਸ ਕਰਨੀਆਂ ਨੇ। ਐਬਸੋਲੂਟਲੀ। ਇਸ ਪਦੇ ਦੀਆਂ ਆਖਰੀ ਪੰਕਤੀਆਂ ਨੇ, ਜਿਸ ਹੱਥ ਜ਼ੋਰ ਕਰ ਵੇਖਿਆ ਸੋਏ, ਜ਼ੋਰ ਦੇ ਹੱਥ ਸ਼ਕਤੀ ਜੀ, ਜਿਹਦੇ ਹੱਥ ਵਿੱਚ ਸ਼ਕਤੀਆਂ ਨੇ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਕਰ ਵੇਖਿਆ ਸੋਏ, ਪੈਦਾ ਕਰਦੇ ਨੇ, ਸੰਭਾਲਦੇ ਨੇ। ਇਹਦਾ ਮਤਲਬ ਜੇ ਅਸੀਂ ਸ਼ੁੱਧ ਨੀਤ ਨਾਲ ਜੀ ਸੁਸਾਇਟੀ ਲਈ ਕੁਛ ਕਰਾਂਗੇ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਮਨ ਨੂੰ ਵੀ ਸੰਭਾਲ ਕੇ ਰੱਖਣਗੇ। ਠੀਕ। ਇਹ ਬੜਾ ਕਮਾਲ ਦਾ ਕੰਸੈਪਟ ਨਿਕਲਿਆ। ਇੱਕ ਪਾਸੇ ਤਾਂ ਕਹਿ ਦਿੱਤਾ ਕਿ ਮਨ ਅੰਦਰ ਜਾਗ੍ਰਿਤੀ ਆਵੇ, ਗਿਆਨ ਆਵੇ, ਵਿਚਾਰ ਆਵੇ, ਸਾਡੇ ਹੱਥ ਵਿੱਚ ਨਹੀਂ ਹੈ, ਠੀਕ ਹੈ। ਦੂਸਰੇ ਪਾਸੇ ਜਾਗ੍ਰਿਤੀ ਬਿਨਾਂ ਗੱਲ ਨਹੀਂ ਬਣੇਗੀ, ਗਿਆਨ ਬਿਨਾਂ ਗੱਲ ਨਹੀਂ ਬਣੇਗੀ, ਵੀ ਤੂੰ ਯਤਨ ਕਰ ਜੀ, ਉਹ ਵਾਹਿਗੁਰੂ ਸੱਚੇ ਪਾਤਸ਼ਾਹ ਸੰਭਾਲ ਕਰਦੇ ਨੇ। ਐਬਸੋਲੂਟਲੀ। ਉਹਨਾਂ ਸਾਡੀ ਨੀਅਤ ਦੇਖਣੀ ਹੈ। ਇੱਥੇ ਹੁਣ ਕਰਮ ਕਾਂਡ ਦੀ ਤੰਦ ਵੀ ਪਾਸੇ ਹਟ ਜਾਂਦੀ ਹੈ, ਵੀ ਤੂੰ ਧਰਮ ਦੇ ਕਰਮ ਕਰ ਰਿਹਾ ਪਿਆਰਿਆ ਜੀ, ਪਰ ਇਹ ਗੱਲ ਯਾਦ ਕਰ, ਇਹਨਾਂ ਯਤਨਾਂ ਦੇ ਫਲ ਲੱਗਣੇ ਚਾਹੀਦੇ ਨੇ। ਇਹ ਫਲ ਕਦੋਂ ਲੱਗਣਗੇ? ਜਦੋਂ ਨੀਅਤ ਸ਼ੁੱਧ ਹੋਏਗੀ। ਧਰਮ ਦਾ ਕਰਮ ਕਿਸ ਲਈ ਕਰ ਰਹੇ ਹਾਂ? ਆਪਾਂ ਇੱਕ ਐਪੀਸੋਡ ਵਿੱਚ ਡਿਸਕਸ ਕੀਤਾ ਸੀ ਕਿ ਮੱਝ ਨਹੀਂ ਮਿਲੀ, ਪਾਣੀ ਲੈ ਕੇ ਚਲਿਆ ਗਿਆ, ਅਤੇ ਉਹ ਪਾਠ ਕਰਨ 'ਤੇ ਮੇਰੀ ਮੱਝ ਮਿਲ ਜਾਵੇ, ਪਾਣੀ ਦਾ ਛਿੱਟਾ ਦਿੰਦਾ। ਇਹ ਛੋਟਾ ਜਿਹਾ ਫੋਕਸ ਰੱਖ ਲਿਆ। ਕਈ ਵਾਰੀ ਕਹਿ ਦਿੱਤਾ ਕਿ ਤੁਸੀਂ ਪਾਠ ਕਰਨਾ, ਪਾਣੀ ਦਾ ਛਿੱਟਾ ਦੇ ਦੇਣਾ, ਤੁਹਾਡਾ ਕਾਰੋਬਾਰ ਚੱਲੇਗਾ। ਇਹ ਕਾਰੋਬਾਰ ਤਾਂ ਇੱਕ ਬਹੁਤ ਛੋਟਾ ਜਿਹਾ ਫੋਕਸ ਹੈ, ਐਲੀਮੈਂਟ ਹੈ ਸਾਡੇ ਜੀਵਨ ਦਾ, ਬਹੁਤ ਛੋਟਾ। ਰਾਈਟ। ਇੱਕ ਹਿੱਸਾ ਹੈ, ਮਤਲਬ ਸਾਡੇ ਪੂਰੇ ਜੀਵਨ ਨੂੰ ਜਦੋਂ ਅਸੀਂ ਇਨ ਟੋਟੈਲਿਟੀ ਦੇਖਦੇ ਹਾਂ ਤਾਂ ਉਸਦਾ ਇੱਕ ਹਿੱਸਾ ਹੈ। ਮੈਂ ਨਾ 1% ਹੀ ਹੈ ਹਿੱਸਾ। ਰਾਈਟ। ਮੰਨ ਲਓ ਕਾਰੋਬਾਰ ਚੱਲ ਪਿਆ, ਬੱਚੇ ਤੁਹਾਡੇ ਆ ਗਿਆ ਘਰ ਨਾ ਨਿਕਲੇ, ਕੀ ਕਰੇਗਾ? ਬਿਲਕੁਲ। ਤੁਹਾਨੂੰ ਸਮਾਜ ਅੰਦਰ ਦੇਖ ਲਓ, ਲੋਕ ਤਰ੍ਹਾਂ ਤਰ੍ਹਾਂ ਕਰਦੇ ਪਏ ਨੇ, ਕਾਰੋਬਾਰ ਸਭ ਕੁਛ ਹੋ ਗਿਆ, ਫਿਰ ਇਹ ਗੱਲ ਸਾਹਮਣੇ ਆਉਂਦੀ ਹੈ ਵੀ ਅਸੀਂ ਬੱਚਿਆਂ ਲਈ ਟਾਈਮ ਨਹੀਂ ਕੱਢਿਆ। ਇਹਦਾ ਮਤਲਬ ਯਤਨ ਕਰਨੇ ਸਨ, ਉੱਦਮ ਸਿੱਖ ਦੇ ਹੱਥ ਵਿੱਚ ਹੈ ਅਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਬਖਸ਼ਿਸ਼ ਹੈ।
ਬਿਲਕੁਲ ਜੀ, ਬਾਣੀ ਵੀ ਇਹੀ ਕਹਿੰਦੇ ਉਦਮ ਕਰਿੰਦੇ ਆ ਜਿਉ ਤੂੰ ਕਮਾਉਂਦੇ ਆ ਸੁਖ ਪਹੁੰਚ। ਬਿਲਕੁਲ। ਅਤੇ ਆਖਰੀ ਪੰਕਤੀ, ਨਾਨਕ ਉੱਤਮ ਨੀਚ ਨਾ ਕੋਏ। ਹੁਣ ਇੱਥੇ ਇੱਕ ਚੀਜ਼ ਸਮੇਟ ਦਿੱਤੀ ਕਿ ਜਿਸ ਨੂੰ ਤੂੰ ਨੀਚ ਮੰਨਦਾ, ਜਿਸ ਦੇ ਕੰਮ ਨੂੰ ਤੂੰ ਘਟੀਆ ਮੰਨਦਾ, ਉਹਦੇ ਵਿੱਚ ਵੀ ਨਾ ਇੰਨਾ ਉਲਝ ਜਾਈਂ। ਠੀਕ ਹੈ ਜੀ। ਅਤੇ ਉਹ ਦੂਸਰੇ ਕਰਮ ਕਾਂਡ ਵਿੱਚ ਵੀ ਨਾ ਉਲਝ ਜਾਈਂ, ਜਾਂ ਆਪਣੇ ਆਪ ਦੇ ਸਪਿਰਿਟੀ ਕੰਪਲੈਕਸ ਵਿੱਚ ਵੀ ਨਾ ਆ ਜਾਈਂ। ਜਦੋਂ ਬੰਦਾ ਸਪਿਰਿਟੀ ਕੰਪਲੈਕਸ ਵਿੱਚ ਆਉਂਦਾ ਤਾਂ ਦੂਸਰੇ ਨੂੰ ਘਟੀਆ ਮੰਨਦਾ ਜੀ, ਅਤੇ ਤੂੰ ਆਪਣੇ ਇਨਫੀਰੀਟੀ ਕੰਪਲੈਕਸ ਵਿੱਚ ਵੀ ਨਾ ਆਈ, ਕਿਉਂਕਿ ਸੰਸਾਰ 'ਤੇ ਕੋਈ ਉੱਤਮ ਜਾਂ ਨੀਚ ਕੋਈ ਨਹੀਂ ਹੈ। ਇਹ ਵਾਹਿਗੁਰੂ ਦਾ ਇੱਕ ਖੇਲ ਹੈ। ਬਿਲਕੁਲ। ਉਸ ਖੇਲ ਨੂੰ ਸਮਝ ਕੇ ਅੱਗੇ ਵੱਧ, ਸਟੈਪ ਬਾਈ ਸਟੈਪ ਅੱਗੇ। ਬਹੁਤ ਖੂਬ। ਲੈਣੇ ਇੱਕ ਛੋਟੀ ਜਿਹੀ ਬ੍ਰੇਕ ਜੀ, ਵਾਪਸ ਆਉਂਦੇ ਹਾਂ ਅਤੇ ਹੋਰ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਕਿ ਇਹ ਬਹੁਤ ਇੱਕ ਉੱਤਮ ਵਿਚਾਰ ਹੈ ਜਿਹੜਾ ਸਾਨੂੰ ਗ੍ਰਹਿਣ ਕਰਨ ਦੀ ਲੋੜ ਹੈ। ਬਾਣੀ ਦੀ ਹਰ ਇੱਕ ਤੁੱਕ ਵਿੱਚੋਂ ਸਾਨੂੰ ਇੱਕ ਸੇਧ ਮਿਲਦੀ ਹੈ, ਅਤੇ ਜੇਕਰ ਇਸਨੂੰ ਹੌਲੀ ਹੌਲੀ ਜਿਸ ਤਰ੍ਹਾਂ ਤੁਸੀਂ ਸਮਝਾਇਆ ਸੀ ਕਿ ਪੌੜੀਆਂ ਜਿਸ ਤਰ੍ਹਾਂ ਹੈਗੀਆਂ ਨੇ, ਪੌੜੀਆਂ ਦਾ ਮਤਲਬ ਇਹ ਕਿ ਹੌਲੇ ਹੌਲੇ ਸਹਿਜੇ ਸਹਿਜੇ ਅਸੀਂ ਤੁਰਦੇ ਚੱਲੀਏ ਇਸ ਰਸਤੇ 'ਤੇ, ਪਰ ਇਸ ਵਾਸਤੇ ਸਿਰਫ ਇੱਕੋ ਹੀ ਉੱਦਮ ਕਰਨਾ ਹੈ ਕਿ ਮਨ ਦੇ ਵਿੱਚ ਇੱਕ ਇੱਛਾ ਜ਼ਾਹਰ ਕਰਨੀ ਹੈ ਕਿ ਮੈਂ ਇਸ ਰਾਹ 'ਤੇ ਤੁਰਨਾ ਚਾਹੁੰਦਾ। ਬ੍ਰੇਕ ਤੋਂ ਬਾਅਦ ਵਾਪਸ ਆ ਰਹੇ ਹਾਂ। ਜਦ ਵੀ ਤੁਸੀਂ ਨਾਰਥ ਅਮਰੀਕਾ ਦੇ ਸਭ ਤੋਂ ਵੱਡੇ ਕੱਪੜਿਆਂ ਦੇ ਸਟੋਰ 'ਤੇ ਆਉਂਦੇ ਹੋ ਤਾਂ ਰੋਸ਼ਨ ਅਰੋੜਾ ਅਤੇ ਸੁਭਾਸ਼ ਚੰਦਰ ਤੁਹਾਡਾ ਖਿੜੇ ਮੱਥੇ ਸਵਾਗਤ ਕਰਦੇ ਹਨ। ਪੰਜਾਬ ਕਲੋਥ ਹਾਊਸ ਵਿੱਚ ਤੁਹਾਨੂੰ ਮਿਲਦੇ ਹਨ ਵਾਜਿਬ ਕੀਮਤਾਂ 'ਤੇ ਟੋਪ ਕੁਆਲਿਟੀ ਦੇ ਫੈਬਰਿਕਸ ਅਤੇ ਰੈਡੀਮੇਡ ਗਾਰਮੈਂਟਸ, ਲੇਡੀਜ਼, ਜੈਂਟਸ ਅਤੇ ਬੱਚਿਆਂ ਦੇ ਕੱਪੜੇ ਭਾਰਤ ਤੋਂ ਇਲਾਵਾ ਜਪਾਨ, ਪਾਕਿਸਤਾਨ, ਕੋਰੀਆ, ਚਾਈਨਾ, ਯੂਰਪ ਅਤੇ ਇੰਡੋਨੇਸ਼ੀਆ ਤੋਂ ਮੰਗਵਾਉਂਦੇ ਹਨ। ਮਾਲਕਾਂ ਦੇ 4 ਦਹਾਕਿਆਂ ਦੇ ਐਕਸਪੀਰੀਅੰਸ ਦਾ ਫਾਇਦਾ ਲਓ ਅਤੇ ਉੱਚ ਕੁਆਲਿਟੀ ਦਾ ਸਮਾਨ ਘੱਟ ਘੱਟ ਕੀਮਤਾਂ 'ਤੇ ਖਰੀਦੋ। ਅੱਜ ਹੀ ਆਓ ਪੰਜਾਬ ਕਲੋਥ ਹਾਊਸ। ਇਹ ਅਧਿਆਤਮਕ ਸੈਗਮੈਂਟ AMC ਇੰਸ਼ੋਰੈਂਸ ਵੱਲੋਂ ਸਪਾਂਸਰ ਕੀਤਾ ਗਿਆ ਹੈ। 6045076666। ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ। ਬ੍ਰੇਕ ਤੋਂ ਬਾਅਦ ਭਾਈ ਰਾਮ ਸਿੰਘ ਜੀ ਨੇ 33ਵੇਂ ਪਦ ਵਿੱਚ ਗੁਰੂ ਸਾਹਿਬ ਨੇ ਕੀ ਉਪਦੇਸ਼ ਕੀਤਾ ਉਸਦੀ ਵਿਆਖਿਆ ਬ੍ਰੇਕ ਤੋਂ ਪਹਿਲਾਂ ਕੀਤੀ ਸੀ। ਸੋ ਚੱਲਦੇ ਹਾਂ 34ਵੇਂ ਪਦੇ ਵਿੱਚ, ਕੀ ਗੁਰੂ ਸਾਹਿਬ ਕਹਿ ਰਹੇ ਨੇ ਅਤੇ ਇਸ ਤੋਂ ਸਾਨੂੰ ਕੀ ਸਿੱਖਣ ਦੀ ਲੋੜ ਹੈ ਜੀ ਭਾਈ ਸਾਹਿਬ ਜੀ? ਹਾਂਜੀ ਵੀਰ, ਥੈਂਕ ਯੂ ਤੁਹਾਡਾ, ਥੈਂਕ ਯੂ ਦਰਸ਼ਕਾਂ ਦਾ। ਪਿੱਛੇ ਗੱਲ ਚੱਲ ਰਹੀ ਸੀ ਕਿ ਇਹ ਤਰ੍ਹਾਂ ਪੱਤ ਪਵੜੀਆਂ ਸਟੈਪ ਬਾਈ ਸਟੈਪ। ਹੁਣ ਇਸ 34ਵੇਂ ਪਦੇ ਤੋਂ ਉਹ ਜ਼ਿੰਦਗੀ ਦੇ ਉਹ ਸਟੈਪ ਦੱਸੇ ਨੇ ਜੀ। ਸਾਡੇ ਅੰਦਰ ਜੋ ਬਦਲਾਵ ਆਏਗਾ, ਗੁਰਮੁਖ ਸੁਭਾਅ ਵੱਲ ਨੂੰ ਵਧਾਂਗੇ, ਤਾਂ ਉਹ 5 ਸਟੈਪ ਮੰਨੇ ਗਏ ਨੇ ਜੀ। ਇੱਕ ਹੈ ਧਰਮ, ਦੂਸਰਾ ਗਿਆਨ, ਤੀਸਰਾ ਸ਼ਰਮ ਬਖਸ਼ਿਸ਼, ਫਿਰ ਸ਼ਰਮ ਅਤੇ ਫਿਰ ਸੱਚ। ਰਾਈਟ। ਉੱਥੇ ਸ਼ਬਦ ਵਰਤਿਆ ਖੰਡ। ਹੁਣ ਜਦੋਂ ਪਿਛਲੀ ਵਿਚਾਰਧਾਰਾ ਨੂੰ ਆਪਣੀ ਜ਼ਿੰਦਗੀ 'ਚ ਅਪਲਾਈ ਕਰਾਂਗੇ ਜੀ, ਅਤੇ ਸਭ ਤੋਂ ਪਹਿਲਾਂ ਅੰਦਰ ਉਹ ਗਿਆਨ, ਜਿਹੜੇ ਗਿਆਨ ਬਾਰੇ ਪਿੱਛੇ ਕਿਹਾ ਗਿਆ ਸੀ ਕਿ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਜੀ, ਉਹ ਗਿਆਨ ਅੰਦਰ ਪੈਣਾ ਪੈਦਾ ਹੋਵੇ, ਸਾਡੇ ਹੱਥ ਬਸ ਨਹੀਂ, ਵਾਹਿਗੁਰੂ ਜੀ ਨੇ ਪੈਦਾ ਕਰਨਾ ਹੈ। ਤਾਂ ਜਦੋਂ ਉਹ ਗਿਆਨ ਪੈਦਾ ਹੋਏਗਾ, ਗਿਆਨ ਇੱਕ ਉਹ ਝਰੋਖਾ ਹੈ ਜਿਹਦੇ ਵਿੱਚੋਂ ਦੀ ਇਸ ਸੰਸਾਰ ਨੂੰ, ਸੰਸਾਰ ਦੀਆਂ ਹੈਪਨਿੰਗਸ ਨੂੰ ਮਨੁੱਖ ਦੇਖਦਾ। ਜਿਉਂ ਜੀ ਕਿਸੇ ਦੀ ਨੌਲੇਜ ਹੈ, ਉਸ ਨੌਲੇਜ ਰਾਹੀਂ ਉਹ ਦੇਖਦਾ, ਉਹ ਜਾਂ ਉਹਦਾ ਐਂਗਲ ਹੈ। ਜਿਹੜਾ ਗਿਆਨ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੇ ਦੇਣਾ ਹੈ, ਗੁਰਬਾਣੀ ਨੇ ਦੇਣਾ ਹੈ, ਗੁਰਬਾਣੀ ਨੂੰ ਜ਼ਿੰਦਗੀ 'ਚ ਜਿਉਂ ਕੇ ਜਿਹੜਾ ਗਿਆਨ ਮਿਲਣਾ, ਉਹਦੇ 'ਚੋਂ ਸੰਸਾਰ ਨੂੰ ਵੇਖਣ ਦਾ ਨਜ਼ਰੀਆ ਚੇਂਜ ਹੋ ਜਾਣਾ। ਸਭ ਤੋਂ ਪਹਿਲਾਂ ਉਹਦੇ ਅੰਦਰ ਨਜ਼ਰੀਆ ਚੇਂਜ ਹੋਏਗਾ। ਠੀਕ। ਪਿੱਛੇ ਆਪਾਂ ਗੱਲ ਕੀਤੀ, ਸੋਚ ਚੇਂਜ ਹੋਏਗੀ, ਵਿਚਾਰ ਚੇਂਜ ਹੋਣਗੇ। ਹੁਣ ਇਹ ਸਭ ਕੁਛ ਨੂੰ ਦੇਖਣ ਦਾ ਨਜ਼ਰੀਆ ਜਦੋਂ ਚੇਂਜ ਹੋਏਗਾ, ਤਾਂ ਉਹਨੂੰ ਕੀ ਮਹਿਸੂਸ ਹੋਏਗਾ? ਰਾਤੀ ਰੁੱਤੀ ਥਿੱਤੀ ਵਾਰ। ਸਾਡੇ 4 ਸਪੇਰੇ ਕੀ ਹੈ? ਰਾਤਾਂ ਨੇ ਜੀ, ਦਿਨ ਨੇ, ਰੁੱਤਾਂ ਨੇ ਜੀ, ਤਿੱਥਾਂ ਨੇ। ਜਦੋਂ ਤਾਂ ਸ਼ਬਦ ਵਰਤਿਆ ਰਾਤ, ਦਿਨ ਅਤੇ ਰੁੱਤ, ਰਾਤ ਅਤੇ ਦਿਨ, ਇਹਦਾ ਸੰਬੰਧ ਹੈ ਸੂਰਜ ਨਾਲ। ਠੀਕ। ਜਦੋਂ ਸ਼ਬਦ ਵਰਤਿਆ ਥਿੱਤ, ਇਹਦਾ ਸੰਬੰਧ ਹੈ ਚੰਦਰਮਾ ਨਾਲ। ਜਦੋਂ ਸ਼ਬਦ ਵਰਤਿਆ ਰੁੱਤ, ਅਤੇ ਚੰਦਰਮਾ ਅਤੇ ਸੂਰਜ ਦੋਨਾਂ ਦੀ ਪ੍ਰਕਿਰਿਆ ਦੇ ਨਾਲ ਇਹ ਰੁੱਤਾਂ ਸਾਹਮਣੇ ਆਉਂਦੀਆਂ ਨੇ ਜੀ। ਤਾਂ ਇਹ ਸਾਡੇ 4 ਸਪੇਰੇ ਇਹ ਚੀਜ਼ਾਂ ਕੰਟੀਨਿਊ ਚੱਲ ਰਹੀਆਂ ਨੇ। ਫਿਰ ਪਵਨ, ਪਾਣੀ, ਅਗਨੀ, ਪਾਤਾਲ। ਹਵਾ ਚੱਲ ਰਹੀ ਹੈ, ਪਾਣੀ ਚੱਲ ਰਿਹਾ, ਅੱਗ ਚੱਲ ਰਹੀ ਹੈ, ਅਤੇ ਪਾਤਾਲ ਧਰਤੀ ਦੇ ਹੇਠਾਂ ਬਹੁਤ ਕੁਛ ਹੋ ਰਿਹਾ ਜੀ। ਇਹ ਜੋ ਹੋ ਰਿਹਾ ਤਾਂ ਇਹ ਕਿਸੇ ਨਾ ਕਿਸੇ ਨਿਜ਼ਮ ਵਿੱਚ ਚੱਲ ਰਿਹਾ। ਠੀਕ। ਪਿੱਛੇ ਉਸ ਨਿਜ਼ਮ ਦੀ ਵਿਆਖਿਆ ਬਹੁਤ ਕਮਾਲ ਦੀ ਦਿੱਤੀ ਗਈ ਸੀ। ਉਸ ਨਿਜ਼ਮ ਨੂੰ ਕਿਹਾ ਸੀ, ਇਹਨਾਂ ਦਾ ਨਿਜ਼ਮ ਵਿੱਚ ਚੱਲਣਾ ਹੀ ਸਾਨੂੰ ਹਿਡਨ ਕੰਟੀਨਿਊ ਮੈਸੇਜ ਆ ਰਹੇ ਨੇ, ਅਤੇ ਉਹੀ ਇਹਨਾਂ ਦਾ ਗਾਉਣਾ ਹੈ।
ਠੀਕ ਗਾ ਗਾ ਕੇ ਸਾਨੂੰ ਦੱਸ ਰਹੇ ਨੇ ਉੱਥੇ ਦੱਸਿਆ ਗਿਆ ਸੀ ਕਿ ਇਸ ਮਾਰਗ 'ਚ ਪਹੁੰਚਣ 'ਤੇ ਆਹ ਚੀਜ਼ ਮਹਿਸੂਸ ਹੋਏਗੀ ਹੁਣ ਇੱਥੇ ਦੱਸਿਆ ਕਿ ਮਹਿਸੂਸ ਹੋ ਰਹੀ ਹੈ ਜੀ ਹੋ ਰਹੀ ਹੈ ਕਿ ਦਿਨ ਅਤੇ ਰਾਤ ਚੱਲ ਰਹੇ ਨੇ ਤਾਂ ਕਿਸੇ ਇੱਕ ਨਿਜ਼ਮ 'ਚ ਚੱਲ ਰਹੇ ਨੇ ਠੀਕ ਉਹ ਰੱਬ ਦਾ ਬਣਾਇਆ ਨਿਜ਼ਮ ਹੀ ਉਹਦਾ ਇੱਕ ਧਰਮ ਹੈ ਹੁਣ ਇਸ ਵਿੱਚੋਂ ਸਿੱਖਿਆ ਕੀ ਲੈਣੀ ਹੈ ਜੀ ਜੇ ਦਿਨ ਰਾਤ ਰੁੱਤਾਂ ਪਾਣੀ ਅਗਨੀ ਹਵਾ ਇਹ ਕਿਸੇ ਨਿਜ਼ਮ ਚੱਲ ਰਹੀ ਹੈ ਤਾਂ ਮੇਰਾ ਜੀਵਨ ਵੀ ਜੇ ਬੇਨਿਜ਼ਮਾ ਹੋਏਗਾ ਜੀ ਤਾਂ ਮੈਂ ਕਿਸੇ ਮੰਜ਼ਿਲ 'ਤੇ ਪਹੁੰਚ ਨਹੀਂ ਸਕਾਂਗਾ ਤੁਸੀਂ ਦੇਖੋਗੇ ਕੁਛ ਲੋਕ ਨੇ ਵਿਚਾਰੇ ਉਹਨਾਂ ਦਾ ਨਾ ਤਾਂ ਜ਼ਿੰਦਗੀ ਦੇ ਵਿੱਚ ਕੋਈ ਸਕੈਜੂਅਲ ਹੈ ਨਾ ਕੋਈ ਜ਼ਿੰਦਗੀ 'ਚ ਉਹਨਾਂ ਦਾ ਨਿਜ਼ਮ ਹੈ ਠੀਕ ਹੈ ਪੈਸਾ ਕਮਾ ਲਿਆ ਡਜ਼ਨਟ ਮੈਟਰ ਪ੍ਰੋਪਰਟੀ ਬਣਾ ਲਈ ਡਜ਼ਨਟ ਮੈਟਰ ਘਰ ਵਿੱਚ ਸਾਰਾ ਹੀ ਖਿਲਾਰਾ ਪਾ ਲਿਆ ਬੱਚੇ ਹੱਥੋਂ ਨਿਕਲ ਗਏ ਕੁਛ ਨਹੀਂ ਕਿਉਂਕਿ ਜ਼ਿੰਦਗੀ ਬੇਨਿਜ਼ਮੀ ਸੀ ਜਦੋਂ ਅੱਜ ਆਪਾਂ ਨਸ਼ਿਆਂ ਦੀ ਗੱਲ ਕਰਦੇ ਹਾਂ ਜੀ ਇਹ ਨਸ਼ਿਆਂ ਦੀ ਜ਼ਿੰਦਗੀ ਵਿੱਚ ਕੌਣ ਜਾਏਗਾ ਬੇਨਿਜ਼ਮਾ ਜਿਹਨੂੰ ਪਤਾ ਹੀ ਨਹੀਂ ਹੈ ਮੇਰੀ ਜ਼ਿੰਦਗੀ ਦੇ ਨਿਜ਼ਮ ਕੀ ਹੈ ਤਾਂ ਇਸ ਵਿੱਚੋਂ ਇੱਕ ਸਿੱਖਣਾ ਹੈ ਕਿ ਜੇ ਇਹ ਸਾਰਾ ਕੁਛ ਕਿਸੇ ਦਾਇਰੇ ਵਿੱਚ ਕਿਸੇ ਕਾਨੂੰਨ ਵਿੱਚ ਕਿਸੇ ਨਿਜ਼ਮ ਚੱਲ ਰਿਹਾ ਤਾਂ ਮੈਨੂੰ ਵੀ ਕਿਸੇ ਨਿਜ਼ਮ ਵਿੱਚ ਚੱਲਣਾ ਪਏਗਾ ਉਹ ਨਿਜ਼ਮ ਕੀ ਹੈ ਉਹ ਹੈ ਧਰਮ ਠੀਕ ਧਰਮ ਕੀ ਹੈ ਉਹ ਚੀਜ਼ ਫਿਰ ਥੋੜ੍ਹੀ ਜਿਹੀ ਕਵਰ ਕਰ ਲਈਏ ਆਹ ਕਰਮ ਕਰਨਾ ਹੈ ਇਹ ਧਰਮ ਦਾ ਕਰਮ ਹੈ ਤੂੰ ਕਰ ਰਿਹਾ ਤਾਂ ਧਰਮ ਹੀ ਹੈ ਨਹੀਂ ਇਹ ਵਿਆਖਿਆ ਅਧੂਰੀ ਹੈ ਗੁਰਬਾਣੀ ਦੀ ਇੱਕ ਪੰਕਤੀ ਹੈ ਗਿਆਨਾ ਹੈ ਕਾਰਨ ਕਰਮ ਅਭਿਆਸ ਠੀਕ ਧਰਮ ਦੇ ਜਿੰਨੇ ਵੀ ਕਰਮ ਨੇ ਉਹਦੇ ਵਿੱਚੋਂ ਕੋਈ ਗਿਆਨ ਲੈਣਾ ਸਿੱਖਣਾ ਮੱਥਾ ਟੇਕਣਾ ਧਰਮ ਦਾ ਕਰਮ ਹੈ ਉਹ 'ਚੋਂ ਸਿੱਖਿਆ ਕੀ ਲੈਣੀ ਹੈ ਹੁਕਮ ਮੰਨਣਾ ਠੀਕ ਸਰੈਂਡਰ ਕਰਨਾ ਸਰੈਂਡਰ ਕਰਨਾ ਆਸਾ ਦੀ ਵਾਰ ਵਿੱਚ ਬੜੀ ਕਮਾਲ ਦੀ ਗੱਲ ਕਹੀ ਗਈ ਹੈ ਸਲਾਮ ਜਵਾਬ ਦੋਵੇਂ ਕਰੇ ਮੱਥਾ ਟੇਕਿਆ ਜੀ ਪਰ ਜਦੋਂ ਹੁਕਮ ਸੁਣਿਆ ਤਾਂ ਨਾ ਕਰ ਦਿੱਤੀ ਹੈ ਜਵਾਬ ਦੇ ਦਿੱਤਾ ਮੈਂ ਨਹੀਂ ਮੰਨਣਾ ਕਿਹਨੇ ਇਸ ਮਨ ਨੇ ਮਨ ਨੇ ਹੀ ਮੱਥਾ ਟਿਕਾਇਆ ਮਨ ਨੇ ਹੀ ਮੰਨ ਲਿਆ ਨਾ ਮੰਨਿਆ ਮੁਨਕਰ ਹੋ ਗਿਆ ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੋਥਾ ਜਾਏ ਮੁੰਡ ਸਟਾਰਟਿੰਗ ਤੋਂ ਹੀ ਇਹ ਖਾਲੀ ਹੈ ਕਿਉਂਕਿ ਇਹਨੂੰ ਗੱਲ ਸਮਝ ਹੀ ਨਹੀਂ ਲੱਗੀ ਕਿ ਮੱਥਾ ਕਿਸ ਲਈ ਟੇਕਣਾ ਰਾਈਟ ਕੀਰਤਨ ਸੁਣਨਾ ਗੁਰਬਾਣੀ ਯਾਦ ਆ ਜਾਵੇ ਸਿੱਖਿਆਵਾਂ ਯਾਦ ਆ ਜਾਣ ਕਥਾ ਸੁਣਨੀ ਹੈ ਸਮਝ ਆ ਜਾਵੇ ਕੀਰਤਨ ਸੁਣਿਆ ਯਾਦ ਹੀ ਕੁਛ ਨਹੀਂ ਰੱਖਿਆ ਰਾਈਟ ਵਿਆਖਿਆ ਸੁਣੀ ਸਮਝਿਆ ਹੀ ਕੁਛ ਨਹੀਂ ਉੱਥੇ ਸੁਣਿਆ ਉੱਥੇ ਹੀ ਛੱਡਤਾ ਆਪਣੀ ਜ਼ਿੰਦਗੀ 'ਚ ਅਪਲਾਈ ਹੋਈ ਨਹੀਂ ਕੀਤਾ ਮੇਰੇ ਗੱਲ ਚੇਤੇ ਆਈ ਕਹਿੰਦੇ ਇੱਕ ਵਾਰੀ ਪਿੰਡਾਂ ਦੇ ਵਿੱਚ ਸੇਠ ਹੁੰਦੇ ਸੀ ਨਾ ਦੁਕਾਨ ਵਾਲੇ ਉਹ ਹਿੰਦੂ ਵੀਰ ਹੁੰਦੇ ਸਨ ਅਤੇ ਉਹ ਕਿਤੇ ਆਪਣੇ ਮੰਦਰ ਵਿੱਚ ਜਾਇਆ ਕਰਦੇ ਸਨ ਰੋਜ਼ਾਨਾ ਜਿਹੜੇ ਵਿਅਕਤੀ ਰੋਜ਼ਾਨਾ ਜਾਂਦੇ ਨੇ ਉਹ ਜਿਸਦੇ ਨਾ ਆਉਣ ਸਾਰੇ ਪੁੱਛਦੇ ਨੇ ਵੀ ਉਹ ਕਿਉਂ ਨਹੀਂ ਆਇਆ ਉਹ ਕਹਿਣ ਲੱਗਾ ਅੱਜ ਮੈਂ ਜਾ ਨਹੀਂ ਸਕਦਾ ਆਪਣੇ ਬੇਟੇ ਨੂੰ ਕਹਿਣ ਲੱਗਾ ਬੇਟਾ ਤੂੰ ਅੱਜ ਮੇਰੀ ਥਾਂ 'ਤੇ ਜਾਏ ਮੰਦਰ ਵਿੱਚ ਜਾਏ ਉਹ ਚਲਿਆ ਗਿਆ ਹੁਣ ਉੱਥੇ ਵਿਆਖਿਆ ਉਹਨਾਂ ਦੇ ਸੰਸਕਾਰਾਂ ਦੀ ਉਹਨਾਂ ਮੁਤਾਬਕ ਹੋ ਰਹੀ ਸੀ ਜੀ ਉੱਥੇ ਕਹਿੰਦੇ ਵਿਆਖਿਆ ਕਰਨ ਵਾਲੇ ਨੇ ਕਿਹਾ ਕਿ ਗਊ ਸਾਡੀ ਮਾਤਾ ਹੁੰਦੀ ਹੈ ਗਊ ਨੂੰ ਕੁਛ ਨਹੀਂ ਕਹਿਣਾ ਇਹਦੇ ਕਦੀ ਵੀ ਸੋਟੀ ਨਹੀਂ ਮਾਰਨੀ ਜੀ ਉਹਨੇ ਸੁਣੀ ਘਰ ਆਇਆ ਉਹਦੀ ਮਾਤਾ ਕਹਿਣ ਲੱਗੀ ਮੰਮੀ ਕਹਿਣ ਲੱਗੇ ਪੁੱਤ ਅੱਜ ਤੇਰੇ ਡੈਡੀ ਥੋੜ੍ਹਾ ਜਿਹਾ ਹੋਰ ਲੇਟ ਨੇ ਤੂੰ ਥੋੜ੍ਹੀ ਦੁਕਾਨ ਖੋਲ੍ਹ ਲਾ ਉਹਦੇ ਨੂੰ ਆ ਜਾਣਗੇ ਉਹਨੇ ਦੁਕਾਨ ਖੋਲ੍ਹੀ ਪਿੰਡਾਂ ਦੀ ਦੁਕਾਨ ਸੀ ਖਾਣ ਵਾਲੀਆਂ ਚੀਜ਼ਾਂ ਚੀਨੀ ਗੁੜ ਆਦਿਕ ਉਹ ਬੋਰੀਆਂ 'ਚ ਹੁੰਦਾ ਸੀ ਬਾਹਰ ਰੱਖਤਾ ਬਾਹਰ ਰੱਖਦਾ ਕਿ ਗਊ ਆਈ ਖਾਣ ਲੱਗ ਗਈ ਖਾਣ ਲੱਗ ਗਈ ਤਾਂ ਉਹਦੇ ਉਹ ਗੱਲ ਯਾਦ ਆ ਗਈ ਵੀ ਕਿਹਾ ਸੀ ਗਊ ਮਾਤਾ ਹੁੰਦੀ ਹੈ ਕੁਛ ਕਰਨਾ ਨਹੀਂ ਹੈ ਉਹ ਚੁੱਪ ਕਰਕੇ ਬੈਠਾ ਰਿਹਾ ਕਿਉਂਕਿ ਸੁਣ ਕੇ ਆਇਆ ਸੀ ਅੱਜ ਉਹ ਇੰਨੇ 'ਚ ਇਹਨੂੰ ਸੇਠ ਆਉਂਦਾ ਉਹ ਦੇਖਦਾ ਉਹ ਇਹਨੂੰ ਝਿੜਕਦਾ ਕੀ ਕੀਤਾ ਪਿਆ ਉਹ ਕਹਿੰਦਾ ਜੀ ਕਹਿੰਦਾ ਡੈਡੀ ਕਹਿੰਦਾ ਵੀ ਮੈਂ ਗਿਆ ਸੀ ਮੰਦਰ ਵਿੱਚ ਉੱਥੇ ਕਥਾ ਹੋ ਰਹੀ ਸੀ ਉਹਨਾਂ ਕਿਹਾ ਵੀ ਨਹੀਂ ਕੁਛ ਕਹਿਣਾ ਮੈਂ ਨਹੀਂ ਕਿਹਾ ਉਹ ਕਹਿੰਦਾ ਮੰਦਰ ਦੀਆਂ ਗੱਲਾਂ ਮੰਦਰ 'ਚ ਰਹਿਣ ਦਿਆ ਕਰ ਘਰੇ ਨਹੀਂ ਲਿਆਈਦੀਆਂ ਠੀਕ ਉਹ ਸਮਾਂ ਆਇਆ ਗਿਆ ਹੋ ਗਿਆ ਪਰ ਇਹਦੀ ਗੱਲ ਘਰ ਕਰ ਗਈ ਵੀ ਉਹ ਗੱਲ ਘਰੇ ਨਹੀਂ ਲਿਆਈਦੀ ਸਮਾਂ ਆਇਆ ਵੱਡਾ ਹੋਇਆ ਨਸ਼ਿਆਂ 'ਚ ਚਲਿਆ ਗਿਆ ਜਦੋਂ ਇਹਨੂੰ ਪਤਾ ਲੱਗਿਆ ਨਸ਼ਾ ਕਰਕੇ ਆਇਆ ਉਹ ਡੈਡੀ ਪੁੱਛਦੇ ਨੇ ਕਹਿੰਦਾ ਨਸ਼ਾ ਕਰਕੇ ਆਇਆ ਉਹ ਕਹਿੰਦਾ ਡੈਡੀ ਬਾਹਰ ਕਰਕੇ ਆਇਆ ਘਰੇ ਤਾਂ ਨਹੀਂ ਉਹ ਕਹਿੰਦਾ ਚਾਹੇ ਬਾਹਰ ਕਰਕੇ ਆਇਆ ਨਸ਼ਾ ਨਹੀਂ ਕਰਨਾ ਕਹਿੰਦਾ ਡੈਡੀ ਘਰ ਦੀਆਂ ਗੱਲਾਂ ਬਾਹਰ ਨਹੀਂ ਕਰੀਦੀਆਂ ਬਾਹਰ ਦੀਆਂ ਘਰੇ ਨਹੀਂ ਕਰੀ ਯਾਨੀ ਸਿੱਖਿਆ ਕਿੱਥੋਂ ਬੱਚੇ ਨੇ ਸਾਡੇ ਤੋਂ ਹੀ ਅਸੀਂ ਉਸ ਚੀਜ਼ ਨੂੰ ਹੋਰ ਸਮਝਿਆ ਹੋਰ ਸਮਝ ਕੇ ਹੋਰ ਵਿਆਖਿਆ ਕਰ ਦਿੱਤੀ ਉਸ ਵਿੱਚ ਅਸੀਂ ਉਲਝ ਗਏ ਹਰ ਧਾਰਮਿਕ ਕਰਮ ਦੇ ਪਿੱਛੇ ਕੋਈ ਨਾ ਕੋਈ ਗਿਆਨ ਲੈਣ ਵਾਸਤੇ ਸੀ ਠੀਕ ਅਤੇ ਇਹ ਕਮਾਲ ਦੀ ਫਿਲੋਸਫੀ ਨਹੀਂ ਸਾਡਾ ਨਾਮ ਰੱਖ ਦਿੱਤਾ ਸਿੱਖ ਸਿੱਖ ਦੇ ਅਰਥ ਹੈ ਸਿੱਖਣ ਵਾਲਾ ਸਿੱਖਿਆ ਨਹੀਂ ਅਤੇ ਗਿਆਨ ਨਹੀਂ ਆਇਆ ਜੀ
ਉਹ ਜਿਹੜਾ ਗਿਆਨ ਹੈ ਜਦੋਂ ਜ਼ਿੰਦਗੀ 'ਚ ਆਏਗਾ ਫਿਰ ਮਹਿਸੂਸ ਹੋਏਗਾ ਕਿ ਧਰਮ ਤਾਂ ਉਹਨਾਂ ਉਪਦੇਸ਼ਾਂ ਨੂੰ ਜ਼ਿੰਦਗੀ 'ਚ ਜਿਉਣ ਵਾਸਤੇ ਹੈ ਅਤੇ ਜ਼ਿੰਦਗੀ 'ਚ ਜਿਉਣ ਵਾਸਤੇ ਇੱਕ ਦਾਇਰੇ ਵਿੱਚ ਚੱਲਣਾ ਹੋਏਗਾ। ਬਿਲਕੁਲ, ਡੂ ਅਤੇ ਡੋਂਟ ਡੂ ਦੇ ਦਾਇਰੇ ਵਿੱਚ ਚੱਲਣਾ ਹੋਏਗਾ। ਗੁਰਬਾਣੀ ਦੀਆਂ ਸਿੱਖਿਆਵਾਂ ਜੇ ਨਹੀਂ ਕਰਨਾ ਕਿਹਾ ਤਾਂ ਨਹੀਂ ਕਰਨਾ, ਜੋ ਗੁਰਬਾਣੀ ਨੇ ਕਿਹਾ ਵੀ ਕਰਨਾ, ਗੁਰੂ ਸਾਹਿਬ ਨੇ ਕਿਹਾ ਉਹ ਕਰਨਾ। ਤਾਂ ਜੇ ਮੇਰੇ ਚਾਰ ਚੁਫੇਰੇ ਇਹ ਰਾਤਾਂ ਦਿਨ ਥਿੱਤਾਂ ਰੁੱਤਾਂ ਕਿਸੇ ਨਿਜ਼ਮ ਵਿੱਚ ਚੱਲ ਰਹੀਆਂ ਨੇ, ਉਹ ਨਿਜ਼ਮ ਰੱਬ ਦਾ ਬਣਾਇਆ ਹੋਇਆ ਅਤੇ ਰੱਬ ਨੇ ਮੇਰੇ ਲਈ ਵੀ ਨਿਜ਼ਮ ਬਣਾਇਆ, ਉਹ ਮੇਰੇ ਗੁਰੂ ਸਾਹਿਬ ਨੇ ਸਮਝਾਇਆ ਅਤੇ ਮੈਂ ਉਸ ਵਿੱਚ ਜਿਉਣਾ, ਤਾਂ ਇਹ ਇੱਕ ਮਹਿਸੂਸ ਕਰਨ ਦਾ ਤਲ ਅਪਗ੍ਰੇਡ ਹੋ ਗਿਆ, ਰਾਈਟ, ਰੀਅਲਾਈਜ਼ ਹੋ ਗਿਆ। ਦੇਖੋ ਮਹਿਸੂਸ ਕਰਨ ਦਾ ਹੋਇਆ ਅਤੇ ਸਾਹਮਣੇ ਅਨੁਭਵ ਹੋ ਗਿਆ, ਜਦੋਂ ਰੀਅਲਾਈਜ਼ ਹੋ ਗਿਆ ਕਿ ਮੈਂ ਵੀ ਉਸ ਵਿੱਚ ਜਿਉਣਾ, ਤਾਂ ਫਿਰ ਇਹਦੇ ਅੰਦਰ ਇੱਕ ਇਹਨੂੰ ਹੋਰ ਸਮਝ ਆਈ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਉਹ ਨਿਜ਼ਮ ਉਹ ਧਰਮ ਜਿਹੜਾ ਮੈਨੂੰ ਗੁਰੂ ਸਾਹਿਬ ਨੇ ਗੁਰਬਾਣੀ 'ਚੋਂ ਸਿਖਾਇਆ ਸੀ ਉਹਨੂੰ ਫਿਰ ਸੰਸਾਰ ਵਿੱਚੋਂ ਸਿੱਖਿਆ, ਕਿਉਂਕਿ ਆ ਦੁਨੀਆ ਜਿਹੜੀ ਉਹ ਧਰਮਸ਼ਾਲਾ ਹੈ ਜੀ, ਧਰਮ ਸਿੱਖਣਾ। ਇੱਥੇ ਹੁਣ ਕਰਮ ਕਾਂਡ ਤੋਂ ਬਿਲਕੁਲ ਉੱਪਰ ਉੱਠ ਕੇ ਇੱਕ ਨਵੀਂ ਫਿਲੋਸਫੀ ਮਿਲ ਰਹੀ ਹੈ, ਜੋ ਗੁਰੂ ਸਾਹਿਬ ਤੋਂ ਸਿੱਖ ਕੇ ਆਏ ਹਾਂ ਜੀ, ਉਹ ਇੱਕ ਥਿਊਰੀ ਬਣ ਕੇ ਗਿਆਨ ਬਣ ਕੇ ਸਾਡੇ ਅੰਦਰ ਆਇਆ ਹੈ, ਉਹਨੂੰ ਸੰਸਾਰ ਵਿੱਚੋਂ ਦੇਖ ਕੇ ਸਿੱਖ ਜ਼ਿੰਦਗੀ 'ਚ ਜਿਓ। ਉੱਥੇ ਸਿੱਖ ਕੇ ਆਏ ਰੱਬ ਮਿੱਠ ਬੋਲੜਾ ਹੈ, ਮੇਰੇ ਗੁਰੂ ਸਾਹਿਬ ਮਿੱਠ ਬੋਲਣੇ ਨੇ ਅਤੇ ਮਿੱਠ ਬੋਲੜਾ ਬਣਨਾ ਹੈ। ਗੁਰੂ ਸਾਹਿਬ ਤਾਂ ਸਮਰੱਥ ਨੇ ਜੀ, ਵਾਹਿਗੁਰੂ ਜੀ ਸਮਰੱਥ ਨੇ, ਅਸੀਂ ਇੱਕ ਜੀਵ ਹਾਂ ਲਪਾਗ ਜੀਵ, ਅਸੀਂ ਕਿਵੇਂ ਇਸ ਨੂੰ ਸੰਭਾਲੀਏ? ਅਤੇ ਇਸ ਧਰਤੀ ਤੋਂ ਇਸ ਦੁਨੀਆ ਤੋਂ ਸਿੱਖ ਕੋਇਲ ਦੇ ਕੋਲੋਂ, ਐਸੀਆਂ ਉਦਾਹਰਨਾਂ ਦਿੱਤੀਆਂ, ਵਫਾਦਾਰੀ ਸਿੱਖ ਕੁੱਤੇ ਦੇ ਕੋਲੋਂ, ਪ੍ਰੀਤ ਸਿੱਖ ਮੱਛੀ ਦੇ ਕੋਲੋਂ, ਭਵਰੇ ਦੇ ਕੋਲੋਂ, ਇਸ ਤਰੀਕੇ ਨਾਲ ਦੇਖਣ ਦਾ ਨਜ਼ਰੀਆ ਹੀ ਚੇਂਜ ਹੋ ਜਾਏਗਾ। ਬਿਲਕੁਲ ਸਹੀ ਫਰਮਾਇਆ ਜੀ ਕਿ ਇਹੀ ਮਕਸਦ ਹੈ ਗੁਰਬਾਣੀ ਨੂੰ ਪੜ੍ਹ ਕੇ ਅਸੀਂ ਕਿਸ ਤਰੀਕੇ ਨਾਲ ਆਪਣੀ ਸੋਚ ਨੂੰ ਉੱਚਾ ਚੁੱਕਣਾ ਹੈ, ਪਰਿਸਥਿਤੀਆਂ ਦਾ ਟਾਕਰਾ ਕਿਵੇਂ ਕਰਨਾ ਹੈ, ਨਾ ਚਾਹੁੰਦੇ ਹੋਏ ਵੀ, ਪਰ ਇਹ ਤੁਹਾਡੇ ਉੱਤੇ ਬਾਰ ਬਾਰ ਚੀਜ਼ ਜਦੋਂ ਆਏਗੀ ਉਸਨੂੰ ਪ੍ਰੈਕਟਿਸ ਕਰਨਾ ਪਏਗਾ, ਇਸ ਵਾਸਤੇ ਸਮਾਂ ਲੱਗ ਸਕਦਾ ਹੈ, ਲੇਕਿਨ ਜੇਕਰ ਮਨ ਬਣਾ ਲਿਆ ਜਾਏ ਤਾਂ ਡੈਫੀਨੇਟਲੀ ਰਿਜ਼ਲਟ ਵੀ ਮਿਲ ਜਾਣਗੇ। ਤੁਹਾਡਾ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ। ਇਸ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫੀਡਬੈਕ ਦੇ ਸਕਦੇ ਹੋ 604-603-7755 ਜਾਂ ਫਿਰ ਈਮੇਲ ਜ਼ਰੀਏ harpreetsingshow@gmail.com। ਭਾਈ ਸਾਹਿਬ ਨੂੰ ਇੱਕ ਵੈਬਸਾਈਟ ਚਲਾਈ ਜਾ ਰਹੀ ਹੈ sikhcommunity.net, ਜਿਸ ਦੇ ਉੱਤੇ ਇਹ ਸਾਰੇ ਐਪੀਸੋਡਸ ਆਰਕਾਈਵ ਕੀਤੇ ਗਏ ਨੇ, ਦੁਬਾਰਾ ਦੇਖਣਾ ਚਾਹੋ ਤਾਂ ਦੇਖ ਸਕਦੇ ਹੋ। ਉਸ ਦੇ ਨਾਲ ਹੀ ਯੂਟਿਊਬ ਦੇ ਉੱਤੇ ਵੀ ਜਾ ਕੇ ਇਹ ਸਾਰੇ ਐਪੀਸੋਡਸ ਦੇਖ ਸਕਦੇ ਹੋ, ਅਤੇ ਜਿਸ ਤਰੀਕੇ ਨਾਲ ਤੁਸੀਂ ਇਹ ਸਹਿਯੋਗ ਦੇ ਰਹੇ ਹੋ ਇਹਨਾਂ ਪ੍ਰੋਗਰਾਮਸ ਨੂੰ ਤੁਸੀਂ ਦੁਨੀਆ ਭਰ ਵਿੱਚ ਫੈਲਾ ਰਹੇ ਹੋ ਵਟਸਐਪ ਦੇ ਰਾਹੀਂ, ਉਸ ਲਈ ਤੁਹਾਡੇ ਧੰਨਵਾਦ ਦੀ। ਨਾਲ ਹੀ ਸਮਾਂ ਕੱਢ ਕੇ ਪ੍ਰੋਗਰਾਮ ਦੇਖਣ ਲਈ ਧੰਨਵਾਦ, ਅਤੇ ਖਾਸ ਤੌਰ 'ਤੇ ਸਪੋਂਸਰ ਅਤੇ ਐਡਵਰਟਾਈਜ਼ਰਸ ਦਾ ਧੰਨਵਾਦ, ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮਸ ਹਰ ਰੋਜ਼ ਤੁਹਾਡੇ ਘਰਾਂ ਵਿੱਚ ਪਹੁੰਚ ਰਹੇ ਨੇ। ਹਰ ਸੈਟਰਡੇ ਦੀ ਸ਼ਾਮ ਨੂੰ ਜਿੱਥੇ 8 ਤੋਂ ਲੈ ਕੇ 9 ਵਜੇ ਤੱਕ ਤੁਸੀਂ ਪ੍ਰੋਗਰਾਮ ਵਿੱਚ ਸ਼ਾਮਿਲ ਹੁੰਦੇ ਹੋ, ਉਸ ਤੋਂ ਇਲਾਵਾ ਮੰਡੇ ਟੂ ਥਰਸਡੇ ਸਵੇਰੇ 6 ਤੋਂ 7 ਅਤੇ ਰਾਤ 10 ਤੋਂ 11 ਇਹ ਪ੍ਰੋਗਰਾਮ ਸਪੈਸੀਫਿਕ ਸਟੈਂਡਰਡ ਟਾਈਮ ਦੇ ਮੁਤਾਬਿਕ ਦਿੱਤੇ ਜਾਂਦੇ ਹਨ। ਕਰਨਾ ਹਾਂ ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਜੀ, ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।